ਪੰਜਾਬ ਦੇ ਵਿੱਚ ਝੋਨੇ ਦੀ ਲਵਾਈ ਦਾ ਸੀਜ਼ਨ ਚੱਲ ਰਿਹਾ ਹੈ ਗਰਮੀ ਵਧਣ ਅਤੇ ਝੋਨੇ ਦੀ ਲਵਾਈ ਦੇ ਕਾਰਨ ਬਿਜਲੀ ਦੀ ਖਪਤ ਵੀ ਜ਼ਿਆਦਾ ਵੱਧ ਗਈ ਹੈ ਤਾਂ ਬਿਜਲੀ ਮੰਤਰੀ ਹਰਪ੍ਰਜਨ ਸਿੰਘ ਈਟੀਓ ਦਾ ਇਹ ਕਹਿਣਾ ਹੈ ਕਿ ਕਿਸਾਨਾਂ ਨੂੰ ਪੂਰੀ ਬਿਜਲੀ ਦਿੱਤੀ ਜਾ ਰਹੀ ਹੈ ਸਾਡੇ ਨਾਲ ਮੌਜੂਦ ਨੇਪਾਓ ਮਿਨਿਸਟਰ ਹਰਵਜਨ ਸਿੰਘ ਈਟੀਓ ਜੀ ਮੰਤਰੀ ਸਾਹਿਬ ਇਹ ਜਿਹੜਾ ਸੀਜ਼ਨ ਇਸ ਵਕਤ ਚੱਲ ਰਿਹਾ ਬਹੁਤ ਕ੍ਰੂਸ਼ੀਅਲ ਹੈ ਟਾਈਮਿੰਗ ਵੀ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨੁਰਾ ਵੱਲੋਂ ਦਫਤਰਾ ਦੀ ਚੇਂਜ ਕੀਤੀ ਗਈ ਕਿ ਕੁਝ ਬਿਜਲੀ ਜਿਹੜੀ ਕੀ ਹੈ ਉਹ ਮਤਲਬ ਮੈਨੇਜ ਕੀਤੀ ਜਾ ਸਕੇ ਲੇਕਿਨ ਇਸ ਤੋਂ ਇਲਾਵਾ ਘਰੇਲੂ ਜਿਹੜੇ ਕਨੈਕਸ਼ਨਸ ਨੇ ਉਹਨਾਂ ਨੂੰ ਵੀ ਬਿਜਲੀ ਦੇਣੀ ਹੈ ਖੇਤਾ 'ਚ ਵੀ ਬਿਜਲੀ ਪਹੁੰਚਾਣੀ ਹੈ ਜਿਹੜੇ ਕੱਟ ਲੱਗਦੇ ਹੁੰਦੇ ਸੀਗੇ ਵੱਡੇ ਵੱਡੇ ਸੀਜ਼ਨ ਦੇ ਵਿੱਚ ਘਰਾਂ ਦੇ ਵਿੱਚ ਇਸ ਵਾਰੀ ਉਹ ਉਹਨਾਂ ਦਾ ਕੀ ਹਿਸਾਬ ਕਿਤਾਬ ਹੈ ਕਿ ਕੱਟਸ ਜਿਹੜੇ ਕੀ ਹਜੇ ਵੀ ਲੱਗ ਰਹੇ ਆ ਜਾਂ ਫਿਰ ਤੇ ਦੂਜੇ ਪਾਸੇ ਜਿਹੜੇ ਜਿਹੜੇ ਖੇਤ ਹੈ ਖੇਤਾ ਦੇ ਵਿੱਚ ਮੋਟਰਸ ਹੈ ਤੇ ਉਹਨਾਂ ਮੋਟਰਾਂ ਨੂੰ ਪਾਣੀ ਜਿਹੜੀ ਬਿਜਲੀ ਹੈ ਉਹ ਕਿੰਨੇ ਕਦਰ ਤੱਕ ਪ੍ਰੋਵਾਈਡ ਕਰਾਈ ਜਾ ਰਹੀ ਹੈ ਦੇਖੋ ਤੁਸੀਂ ਬਿਲਕੁਲ ਸਹੀ ਕਿਹਾ ਕਿ ਝੋਨੇ ਦਾ ਸੀਜ਼ਨ ਜਿਹੜਾ ਹੈ ਇਹ ਬਿਜਲੀ ਵਿਭਾਗ ਵਾਸਤੇ ਇੱਕ ਬੜਾ ਚੈਲਿੰਜਿੰਗ ਤੇ ਅਹਿਮ ਸਮਾਂਦਾਰ ਜਿਹਦੇ ਵਿੱਚ ਘਰੇਲੂ ਖਪਤਕਾਰਾਂ ਨੂੰ ਕਿਉਂਕਿ ਗਰਮੀ ਵੀ ਬਹੁਤ ਵਧਦੀ ਆ ਸਾਡਾ ਪੰਜਾਬ ਦਾ ਜੀਓਗ੍ਰਾਫੀਕਲ ਏਰੀਆ ਕਲਾਈਮੈਟਿਕ ਇਹ ਆ ਕਿ ਸਾਨੂੰ ਜੂਨ ਦੇ ਵਿੱਚ ਗਰਮੀ ਜਿਆਦੀ ਹੁੰਦੀ ਆ ਸਾਡਾ ਝੋਨੇ ਦਾ ਸੀਜ਼ਨ ਵੀ ਇਸੇ ਸਮੇਂ ਚ ਹੀ ਹੁੰਦਾ ਇੰਡਸਟਰੀ ਨੂੰ ਵੀ ਬਿਜਲੀ ਦੇਣੀ ਹੁੰਦੀ ਆ ਸੋ ਚੈਲਿੰਜਿੰਗ ਤਾਂ ਹੈ ਪਰ ਅਸੀਂ ਪਿਛਲੇ ਸਾਲ ਦੇ ਮੁਕਾਬਲਤਨ ਇਸ ਵਾਰ ਵਾਧੂ ਬਿਜਲੀ ਦੀ ਡਿਮਾਂਡ ਜਿਹੜੀ ਹੋਈ ਆ ਉਹਨੂੰ ਪੂਰਾ ਕੀਤਾ ਕੱਲ ਤੱਕ ਸਾਡੇ ਕੋਲੇ 14963 ਮੈਗਾਵਾਟ ਦੀ ਜਿਹੜੀ ਡਿਮਾਂਡ ਆਈ ਸੀਗੀ ਉਹਨੂੰ ਪੀਐਸਪੀਸੀਐਲ ਨੇ ਸਫਲਤਾਪੂਰਵਕ ਜਿਹੜਾ ਪਾਰ ਕੀਤਾ ਪਿਛਲੇ ਟਾਈਮ ਡਿਮਾਂਡ ਹੁੰਦੀ ਜਿਹੜਾ ਤੁਸੀਂ ਆਕੜਾ ਦੱਸ ਰਹੇ ਹੋ ਪਿਛਲੇ ਸਾਲ ਸਾਡੇ ਕੋਲ 14311 ਮੈਗਾਵਾਟ ਸੀਗੀ 29 ਜੂਨ ਨੂੰ ਆਈ ਸੀਗੀ ਮੈਕਸਿਮਮ ਸੀਜ਼ਨ ਦੀ ਉਸ ਮੈਕਸਿਮਮ ਜਿਹੜੀ ਪੀਕ ਪੀਕ ਡਿਮਾਂਡ ਸੀਗੀ ਇਸ ਵੇਲੇ ਸਾਡੇ ਕੋਲ ਕੱਲ 21 ਜੂਨ ਨੂੰ 14963 ਮੈਗਾਵਾਟ ਦੀ ਡਿਮਾਂਡ ਜਿਹੜੀ ਆ ਉਹਨੂੰ ਮੀਟ ਕੀਤਾ ਹੈ ਅਸੀਂ ਹੋਰ ਵੀ ਅਜੇ ਸਾਨੂੰ ਹੈ ਕਿ ਇਹ ਡਿਮਾਂਡ ਹੋਰ ਵੀ ਵਧੂਗੀ ਪਰ ਪੀਐਸਪੀਸੀਐਲ ਜਿਹੜਾ ਇਸ ਵਾਧਦੀ ਹੋਈ ਡਿਮਾਂਡ ਨੂੰ ਪੂਰਾ ਕਰਨ ਵਾਸਤੇ ਪੂਰੀ ਤਰ੍ਹਾਂ ਵਚਨਬੱਧਾ ਕਿਉਂਕਿ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਨਿਰਵੈਗਨ ਬਿਜਲੀ ਸਪਲਾਈ ਖੇਤੀ ਖੇਤਰ ਨੂੰ ਕਰੇਲੂ ਖੇਤਰ ਨੂੰ ਉਦਯੋਗਿਕ ਖੇਤਰ ਨੂੰ ਨਿਰਵੈਗਨ ਬਿਜਲੀ ਸਪਲਾਈ ਦਾ ਜਿਹੜਾ ਉਹ ਪ੍ਰੋਸਾ ਦਿੱਤਾ ਗਾਰੰਟੀ ਦਿੱਤੀ ਆ ਸੋ ਅਸੀਂ ਉਹ ਪੂਰੀ ਕਰ ਰਹੇ ਆ ਸੋ ਮੈਨੂੰ ਖੁਸ਼ੀ ਆ ਕਿ ਅਸੀਂ ਆਪਣਾ ਹੀ ਰਿਕਾਰਡ ਜਿਹੜਾ ਪਿਛਲੇ ਸਾਲ ਦਾ ਸੀਗਾ ਇਹਨੂੰ ਪੀਐਸਪੀਸੀਐਲ ਨੇ ਇੰਪਰੂਵ ਕਰ ਲਿਆ ਕੈਮਰਾਮੈਨ ਗੁਰਜਨ ਸਿੰਘ ਦੇ ਨਾਲ ਅਨਮੋਲ ਸਿੰਘ ਗੁਲਾਰਟੀ ਜੀ ਮੀਡੀਆ ਚੰਡੀਗੜ੍ਹ